ਜਦਾਂ ਕਿ ਦੋਸਤੋ ਇਹ 3 ਸਾਪ ਅਸੀਂ ਫੜੇ ਸੀ ਤੁਸੀਂ ਦੇਖ ਰਹੇ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੇਵਤਾ ਅੱਜ ਅਸੀਂ 3 ਸੱਪ ਫੜੇ ਸੀ ਤੇ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਇਹ ਕਿਹੜੇ ਸੱਪ ਆ ਇਹ ਸੱਪ ਨੂੰ ਕਹਿੰਦੇ ਆ ਰੈਟ ਸਨੇਕ ਪਰ ਹੱਥ ਬੰਨ ਕੇ ਬੇਨਤੀ ਆ ਕਿ ਜਦੋਂ ਵੀ ਕਿਸੇ ਨੂੰ ਸੱਪ ਬਾਈਟ ਹੁੰਦਾ ਸਿਰਫ ਔਰ ਸਿਰਫ ਇੱਕ ਡਾਕਟਰ ਕੋਲ ਜਾ ਕੇ ਇੰਜੈਕਸ਼ਨ ਲੈਣੇ ਆ ਅਸੀਂ ਡੇਲੀ ਜ਼ਿੰਦਗੀ ਮੌਤ ਦਾ ਕੰਮ ਕਰਦੇ ਹਾਂ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਕੋ ਅਸੀਂ ਡਰਨ ਵਾਲੇ ਇਨਸਾਨ ਵਾਂ ਤੇ ਹੁਣ ਇੱਕ ਇੱਕ ਕਰਕੇ ਤਿੰਨੇ ਸੱਪ ਜਿਹੜੇ ਆ ਅਸੀਂ ਖਾਲੀ ਥਾਂ ਦੇ ਉੱਪਰ ਛੱਡ ਰਹੇ ਹਾਂ ਤੇ ਇਹ ਸੱਪ ਅਸੀਂ ਫੜੇ ਸੀ ਅੱਜ ਜਿਸ ਤਰ੍ਹਾਂ ਕਿ ਤੁਸੀਂ ਇੱਕ ਸੱਪ ਦੇਖ ਰਹੇ ਜੇ ਆ ਦੇਖੋ ਮੇਰੇ ਕੋਲ ਇਸ ਟਾਈਮ ਕੋਈ ਵੀਡੀਓ ਬਣਾਉਣ ਵਾਲਾ ਇਨਸਾਨ ਨਹੀਂ ਹੈਗਾ ਲਾਗੇ ਸਿਰਫ ਮੈਂ ਮੋਬਾਈਲ ਦੇ ਹੈਂਡਲ ਦੇ ਉੱਪਰ ਵੀਡੀਓ ਬਣਾ ਰਿਹਾ ਦੇਖੋ ਇਹ ਇੱਕ ਸੱਪ ਅਸੀਂ ਜਿਹੜਾ ਬਿਲਕੁਲ ਰਿਲੀਜ਼ ਕਰਤਾ ਤੇ ਇਸ ਤਰੀਕੇ ਦੇ ਨਾਲ ਅਸੀਂ 3 ਸੱਪ ਜਿਹੜੇ ਆ ਰੈਸਕਿਊ ਕੀਤੇ ਸੀ ਆ ਦੇਖੋ ਤੇ ਵੀਡੀਓ ਬਣਾਉਣ ਵਾਲਾ ਕੋਈ ਵੀ ਵੀਰ ਨਹੀਂ ਹੈਗਾ ਤੇ ਇਹ ਜਿਹੜੇ ਹੁਣ 3 ਸੱਪ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਤੇ ਬਹੁਤ ਲੋਕਾਂ ਦੇ ਧੀ ਪੁੱਤ ਬੱਚੇ ਸੇਵ ਕੀਤੇ ਆ ਯੂਟਿਊਬ ਤੇ ਸਪੋਰਟ ਕਰਿਆ ਕਰੋ ਵੀਡੀਓ ਵਾਇਰਲ ਕਰਿਆ ਕਰੋ ਕਿ ਇਹ ਬੇਜ਼ੁਬਾਨ ਜਾਨਵਰਾਂ ਦੀ ਹੈਲਪ ਕਰਨ ਦਾ ਸਾਨੂੰ ਮੌਕਾ ਵੱਧ ਤੋਂ ਵੱਧ ਮਿਲੇ ਇਹ ਸੱਪ ਨੂੰ ਰੈਡ ਸਨੇਕ ਕਹਿੰਦੇ ਇਹਨਾਂ ਵਿੱਚ ਕੋਈ ਖਾਸ ਜ਼ਹਿਰ ਨਹੀਂ ਹੁੰਦਾ ਦੇਖੋ ਜਿੱਦਾਂ ਕਿ ਮੈਂ ਤੁਹਾਨੂੰ ਇਹਨਾਂ ਦੇ ਮੂੰਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੋਮਵਾਰ ਦਾ ਦਿਨ ਹੈ ਤੇ ਇਹ ਸੱਪ ਮੈਂ ਫੜੇ ਸੀ ਤੇ ਮੈਂ ਹੁਣ ਇਹ ਸੱਪ ਛੱਡ ਰਿਹਾ ਵਾਂ ਬਾਕੀ ਕਿਸੇ ਨੂੰ ਭਿੱਖੀ ਪਿੰਡ ਤਰਨ ਤਾਰਨ ਝਬਾਲ ਰਾਤ 2 ਵਜੇ ਵੀ ਮੇਰੇ ਕੰਮ ਦੀ ਜ਼ਰੂਰਤ ਪੈਂਦੀ ਆ ਮੈਨੂੰ 2 ਵਜੇ ਵੀ ਇੱਕ ਕਾਲ ਕੀਤੀ ਜਾਏ ਮੈਂ 2 ਵਜੇ ਵੀ ਆਣ ਕੇ ਸੱਪ ਫੜਾਂਗਾ ਜਿੱਦਾਂ ਕਿ ਅਸੀਂ 3 ਸੱਪ ਫੜੇ ਸੀ ਇਹ ਸੱਪ ਨੂੰ ਕਹਿੰਦੇ ਆ ਰੈਟ ਸਨੇਕ ਇਹਨਾਂ ਦੇ ਵਿੱਚ ਕੋਈ ਖਾਸ ਕਲੈਰਿਟੀ ਦਾ ਜ਼ਹਿਰ ਨਹੀਂ ਹੁੰਦਾ ਦੇਖੋ ਇੱਕ ਸੱਪ ਦਾ ਮੂੰਹ ਦਿਖਾ ਰਿਹਾ ਇਹ ਦੇਖੋ ਦੋਨਾਂ ਸੱਪਾਂ ਦਾ ਮੂੰਹ ਦਿਖਾ ਰਿਹਾ ਇੱਕ ਨਹਿਰ ਦਾ ਕਿਨਾਰਾ ਦੇਖ ਕੇ ਅਸੀਂ ਇਹ ਸੱਪ ਛੱਡ ਰਹੇ ਹਾਂ ਕੋਈ ਵੀ ਇਨਸਾਨ ਮੇਰੇ ਨਾਲ ਵੀਡੀਓ ਬਣਾਉਣ ਵਾਲਾ ਨਹੀਂ ਹੁੰਦਾ ਸਪੋਰਟ ਸਿਰਫ ਮੈਨੂੰ ਤੁਹਾਡੇ ਵਰਗਿਆਂ ਲੋਕਾਂ ਦੀ ਆ ਦੇਖੋ ਜਿੱਦਾਂ ਕਿ 3 ਸੱਪ ਅਸੀਂ ਛੱਡੇ ਆ ਤੇ 1 ਸੱਪ ਉਹ ਚਲਾ ਗਿਆ ਤੇ 2 ਸੱਪ ਆ ਬੈਠੇ ਆ ਆਪਣੀ ਮਰਜ਼ੀ ਦੇ ਨਾਲ ਜਾ ਰਹੇ ਆ ਤੇ ਅਸੀਂ ਕਦੀ ਵੀ ਕਿਸੇ ਜਾਨਵਰ ਦਾ ਜ਼ਹਿਰ ਨਹੀਂ ਕੱਢਿਆ ਇਹ ਦੇਖੋ 1 ਸੱਪ ਰਹਿ ਗਿਆ ਕਦੀ ਦੰਦ ਨਹੀਂ ਤੋੜੇ ਕਦੀ ਚੋਗੀ ਨੂੰ ਨਹੀਂ ਦਿੱਤਾ ਕਦੀ ਅਸੀਂ ਕੈਦ ਨਹੀਂ ਕੀਤਾ ਸਾਡਾ ਮਕਸਦ ਇਹ ਆ ਕਿ ਸੱਪ ਨੂੰ ਫੜਨਾ ਤੇ ਖਾਲੀ ਥਾਂ ਵੇਖ ਕੇ ਛੱਡਣਾ ਇਸ ਕਰਕੇ ਮੈਂ ਤੁਹਾਨੂੰ ਬਿਲਕੁਲ ਜ਼ੂਮਿੰਗ ਕਰਕੇ ਦਿਖਾ ਰਿਹਾ ਦੇਖੋ ਇਹ ਤਿੰਨੇ ਸੱਪ ਹੀ ਚਲੇ ਗਏ ਤੇ ਇਹ ਵੀ ਰੱਬ ਦੇ ਜੀ ਆ ਦੇਖੋ ਇਹ ਵੀ ਇੱਕ ਰੱਬ ਦੇ ਜੀ ਆ ਇਹਨਾਂ ਨੂੰ ਵੀ ਜੀਣ ਦਾ ਹੱਕ ਵਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜੂਨ ਹੀ ਇੱਦਾਂ ਦੀ ਬਣਾਈ ਆ ਤੇ ਬਿਲਕੁਲ ਅਸੀਂ ਨਹਿਰ ਦਾ ਖਾਲੀ ਕਿਨਾਰਾ ਦੇਖ ਕੇ ਇਹ 3 ਸੱਪ ਜਿਹੜੇ ਆ ਰਿਲੀਜ਼ ਕਰਤੇ ਆ ਤੇ ਸਪੋਰਟ ਸਾਨੂੰ ਕਿਸੇ ਦੀ ਨਹੀਂ ਸਪੋਰਟ ਸਾਨੂੰ ਰੱਬ ਵਰਗਿਆਂ ਯਾਰਾਂ ਦੋਸਤਾਂ ਦੀ ਲੋਕਾਂ ਦੀ ਇਹ ਦੇਖੋ ਇਹ ਅਜੇ ਵੀ ਨਹੀਂ ਗਿਆ ਦੇਖੋ ਕਿਸੇ ਵੀ ਜਾਨਵਰ ਨੂੰ ਮਾਰਨਾ ਤੇ ਬਹੁਤ ਸੌਖਾ ਵਾ ਡੰਡਾ ਫੜੋ ਤੇ ਉਹਨੂੰ ਮਾਰ ਦਿਓ ਪਰ ਹਮੇਸ਼ਾ 22 ਸਾਲਾਂ ਤੋਂ ਅਸੀਂ ਆਪਣੀ ਲਾਈਫ ਤੇ ਰਿਸਕ ਲੈ ਕੇ ਇਹ ਬੇਜ਼ੁਬਾਨ ਜਾਨਵਰਾਂ ਦੀ ਹੈਲਪ ਕਰੀਦੀ ਆ ਕੋਈ ਨਹਿਰ ਵਗੈਰਾ ਦਾ ਕਿਨਾਰਾ ਦੇਖ ਕੇ ਜਿੱਥੇ ਕੋਈ ਘਰ ਵਗੈਰਾ ਨਾ ਹੋਏ ਅਸੀਂ ਉਸ ਜਗ੍ਹਾ ਦੇ ਉੱਤੇ ਇਹ ਚੀਜ਼ਾਂ ਨੂੰ ਛੱਡਦੇ ਹਾਂ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਨਸਾਨ ਦੀ ਆਵਾਜ਼ ਰੱਬ ਤੱਕ ਨਹੀਂ ਪਹੁੰਚਦੀ ਪਰ ਜਾਨਵਰਾਂ ਦੀ ਜਿਹੜੀ ਆਵਾਜ਼ ਆ ਰੱਬ ਤੱਕ ਪਹੁੰਚਦੀ ਆ ਭਾਵੇਂ ਕਿਸੇ ਜਾਨਵਰ ਦੇ ਸਿਰ 'ਚ ਡੰਡਾ ਵੱਜੇ ਭਾਵੇਂ ਕਿਸੇ ਸੱਪ ਦੇ ਸਿਰ 'ਚ ਡੰਡਾ ਵੱਜੇ ਦਰਦ ਦੋਹਾਂ ਨੂੰ ਹੀ ਹੁੰਦੀ ਆ ਤੇ ਕਾਫੀ ਪਰੇਸ਼ਾਨ ਸੀ ਫੈਮਿਲੀ ਜਿਨ੍ਹਾਂ ਦੇ ਘਰ ਇਹ ਸੱਪ ਸੀ ਵਿਚਾਰੇ ਪਰੇਸ਼ਾਨ ਸੀ ਰੋੜੇ ਰਾੜੇ ਪਰਾਂ ਕਰਕੇ ਤੇ ਇਹ ਜਿਹੜਾ ਸੱਪ ਵਾ ਫਿਰ ਆਪਾਂ 3 ਅੱਜ ਰੈਸਕਿਊ ਕੀਤੇ ਸੀ ਤੇ ਮੇਰਾ ਇੱਕ ਯੂਟਿਊਬ ਦਾ ਤੁਹਾਨੂੰ ਪੇਜ ਦਿਖਾ ਰਿਹਾ ਤੇ ਪਲੀਜ਼ ਵੱਧ ਤੋਂ ਵੱਧ 11 ਦੋਸਤਾਂ ਨੂੰ ਚੈਨਲ ਸਬਸਕ੍ਰਾਈਬ ਕਰਾਓ ਉਹਨਾਂ ਨੂੰ ਪਤਾ ਲੱਗੇ ਕਿਹੜਾ ਸੱਪ ਚਰੀਲਾ ਕਿਹੜਾ ਸੱਪ ਨਹੀਂ ਚਰੀਲਾ ਲੋਕ ਤਾਂ ਡਰ ਦੇ ਨਾਲ ਵਹਿਮ ਨਾਲ ਹੀ ਮਰ ਜਾਂਦੇ ਆ ਇਹ ਮੇਰਾ ਇੱਕ ਯੂਟਿਊਬ ਦਾ ਚੈਨਲ ਆ ਇੱਥੇ ਤਾਂ ਸਹੀ ਨਹੀਂ ਆ ਰਿਹਾ ਫੋਟੋ ਉਲਟ ਹੋ ਗਈ NAA ਤੇ G ਨਾਗ K ਤੇ 22 ਸਪੇਸ ਬਿਲਕੁਲ ਨਹੀਂ ਦੇਣੀ ਹਮੇਸ਼ਾ ਆਪਣੀ ਲਾਈਫ ਤੇ ਰਿਸਕ ਲੈ ਕੇ ਇਹ ਬੇਜ਼ੁਬਾਨ ਜਾਨਵਰਾਂ ਦੀ ਹੈਲਪ ਕਰੀਦੀ ਆ ਕੋਈ ਨਿਓਲ ਕਿਸੇ ਦੇ ਘਰ ਵਰਜੇ ਗੋਹ ਵਰਜੇ ਹਰ ਇੱਕ ਜਾਨਵਰ ਰੈਸਕਿਊ ਕਰਕੇ